ਹੈਲੋ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਗਿਆਮ ਸਟੱਡੀ ਵਿੱਚ। ਅੱਜ ਹੈ ਜੋ ਅਸੀਂ ਪੰਜਾਬ ਟੈਟ ਪੰਜਾਬੀ ਵਿਆਕਰਨ, ਇਹਦੇ ਪ੍ਰਸ਼ਨ ਹੈ ਜੋ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵਿਆਕਰਨ ਨਾਲ ਰਿਲੇਟਡ ਪ੍ਰਸ਼ਨ ਨੇ ਜੋ ਤੁਹਾਨੂੰ 2 ਜਾਂ 3 ਪਾਰਟ ਵਿੱਚ ਪ੍ਰੋਵਾਈਡ ਕਰ ਦਾਂਗੇ। ਤਾਂ ਸਟਾਰਟ ਕਰਦੇ ਹਾਂ ਜੀ। ਪਹਿਲਾ ਪ੍ਰਸ਼ਨ ਹੈ, ਜਿਸ ਅੱਖਰ ਨਾਲ ਕੋਈ ਲਗਾ ਨਾ ਲੱਗੀ ਹੋਵੇ ਉਸਨੂੰ ਕੀ ਕਹਿੰਦੇ ਹਨ? ਪਹਿਲੀ ਆਪਸ਼ਨ ਹੈ ਦੁੱਤ, ਦੂਸਰੀ ਵਿਅੰਜਨ, ਵਰਣ ਜਾਂ ਮੁਕਤਾ। ਤਾਂ ਉਸਨੂੰ ਕਹਿੰਦੇ ਹਨ ਜੀ ਮੁਕਤਾ, ਆਪਸ਼ਨ ਡੀ ਯਾਨੀ ਕਿ ਸੱਸਾ ਸਾਡਾ ਆਂਸਰ ਆਏਗਾ। ਦੂਸਰਾ ਪ੍ਰਸ਼ਨ ਹੈ, ਤੇਲ ਆਟਾ ਰੇਤ ਆਦਿ ਸ਼ਬਦ ਹਨ, ਭਾਵਵਾਚਕ ਨਾਮ, ਵਸਤੂਵਾਚਕ ਨਾਮ, ਖਾਸ ਨਾਮ ਜਾਂ ਆਮ ਨਾਮ। ਤਾਂ ਇਹ ਨੇ ਜੀ ਵਸਤੂਵਾਚਕ, ਤੇਲ ਆਟਾ ਅਤੇ ਰੇਤ ਇਹ ਵਸਤੂਵਾਚਕ ਨਾਮ ਨੇ। ਤੀਸਰਾ ਪ੍ਰਸ਼ਨ, ਆੜੇ ਨਾਲ ਕਿੰਨੀਆਂ ਲਗਾ ਲੱਗਦੀਆਂ ਹਨ? 4, 3, 2 ਜਾਂ 5। ਤਾਂ ਇਹ ਲੱਗਦੀਆਂ ਹਨ ਜੀ 4, ਪੂਰਾ ਸਾਡਾ ਆਂਸਰ ਆਏਗਾ। ਇਹਨਾਂ ਵਿੱਚੋਂ ਕਿਹੜਾ ਸ਼ਬਦ ਦੁੱਤ ਅੱਖਰ ਨਹੀਂ ਹੈ? ਪ੍ਰੇਮ, ਸਵੈਮਾਨ, ਪੜ੍ਹਾਈ, ਨਜਾਇਜ਼। ਤਾਂ ਇਹ ਜੀ ਨਜਾਇਜ਼ ਸ਼ਬਦ ਹੈ ਜੋ ਦੁੱਤ ਅੱਖਰ ਨਹੀਂ ਹੈ। ਬਾਕੀ ਦੇ ਤਿੰਨੋਂ ਦੁੱਤ ਅੱਖਰ ਨੇ। ਦੁੱਤ ਅੱਖਰ ਉਹ ਹੁੰਦਾ ਹੈ ਜਿਹਦੇ ਪੈਰ ਵਿੱਚ ਪੈਂਦਾ ਹੈ, ਜਿਵੇਂ ਸਵੈਮਾਨ ਦੇ ਵਾਹਵਾ ਪਿਆ ਹੋਇਆ। ਅਗਲਾ ਪ੍ਰਸ਼ਨ ਹੈ, ਉਲਟਾ ਸ਼ਬਦ ਦਾ ਸਮਾਨ ਆਰਥਿਕ ਸ਼ਬਦ ਚੁਣੋ। ਉਲਟਾ, ਪੁੱਠਾ, ਸਿੱਧਾ ਜਾਂ ਬਰਾਬਰ। ਉਲਟੇ ਦਾ ਆਏਗਾ ਜੀ ਪੁੱਠਾ, ਆੜਾ ਆਂਸਰ ਆਏਗਾ। ਗੁਪਤ ਸ਼ਬਦ ਦਾ ਵਿਰੋਧੀ ਸ਼ਬਦ ਦੱਸੋ। ਲੁਕਵਾਂ, ਗੁਆਚਾ, ਪ੍ਰਗਟ ਜਾਂ ਝੂਠ। ਗੁਪਤ ਦਾ ਆਏਗਾ ਜੀ ਈਡੀ ਪ੍ਰਗਟ। ਧੁਨੀ ਤੋਂ ਭਾਵ ਹੈ ਅੱਖਰ, ਲਗਾਂ, ਆਵਾਜ਼ ਜਾਂ ਲਿਪੀ। ਧੁਨੀ ਤੋਂ ਭਾਵ ਹੈ ਜੀ ਆਵਾਜ਼, ਈਡੀ ਸਾਡਾ ਆਂਸਰ ਆਏਗਾ। ਆ, ਈ, ਓ ਕਿਹੋ ਜਿਹੇ ਸਵਰ ਹਨ? ਲਘੂ, ਦੀਰਗ, ਸਵਰ ਜਾਂ ਅਰਧ ਸਵਰ। ਤਾਂ ਇਹ ਨੇ ਜੀ ਦੀਰਗ ਸਵਰ ਨੇ, ਆ, ਈ, ਓ, ਆੜਾ ਆੜਾ ਆਂਸਰ ਆਏਗਾ। ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਚੁਣੋ। ਕਈ ਵਾਰ, ਥੱਲੇ, ਸ਼ਾਮੀ, ਹੌਲੀ ਹੌਲੀ। ਤਾਂ ਇਸ ਦਾ ਆਂਸਰ ਆਏਗਾ ਜੀ ਊੜਾ, ਕਈ ਵਾਰ ਹੈ ਜੋ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹੈ। ਯੋਜਕ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਹਨ? 1, 2, 3 ਜਾਂ 4। ਯੋਜਕ ਦੀਆਂ 2 ਕਿਸਮਾਂ ਹੁੰਦੀਆਂ ਹਨ, ਆੜਾ ਸਾਡਾ ਆਂਸਰ ਆਏਗਾ। ਅੱਗੇ ਜੀ, ਲੋਕਾਂ ਨੂੰ ਅੰਨ ਦੇਣ ਵਾਲਾ ਇੱਕ ਸ਼ਬਦ ਚੁਣੋ। ਊੜਾ ਪਰ ਉਪਕਾਰੀ, ਆੜਾ ਕਿਰਤੀ, ਈੜੀ ਉਪਕਾਰੀ ਜਾਂ ਸੱਸਾ ਭੰਡਾਰੀ। ਤਾਂ ਇਹ ਹੈਗਾ ਜੀ ਸੱਸਾ ਭੰਡਾਰੀ। ਪੜਦਾਦਾ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ? ਪੜਦ ਜਾਂ ਪੜਦਾ ਜਾਂ ਪੜ ਜਾਂ ਪ। ਤਾਂ ਇਹ ਵਰਤਿਆ ਗਿਆ ਜੀ ਈੜੀ ਪੜ, ਜੋ ਪੜਦਾਦਾ ਵਿੱਚ ਅਗੇਤਰ ਵਰਤਿਆ ਗਿਆ ਯਾਨੀ ਕਿ ਅੱਗੇ ਆਇਆ ਹੈ। ਕੋਇਲ ਡੈਸ ਰਹੀ ਹੈ, ਟਹਿਲ, ਚਹਿਕ, ਹੁਦਕ ਜਾਂ ਕੂਕ। ਕੋਇਲ ਕੂਕ ਰਹੀ ਹੈ ਆਂਸਰ ਆਏਗਾ। ਕੰਠੀ ਧੁਨੀਆਂ ਦੱਸਣੀਆਂ ਹਨ, ਕੱਕਾ ਕੱਕਾ, ਚੱਚਾ ਚੱਚਾ ਜਾਂ ਆੜਾ ਜਾਂ ਈੜੀ ਜਾਂ ਸੱਸਾ। ਇਹ ਆਏਗਾ ਜੀ ਕੱਕਾ, ਖੱਖਾ, ਗੱਗਾ ਅਤੇ ਘੱਗਾ, ਜੋ ਕੰਠੀ ਧੁਨੀਆਂ ਹਨ। ਈੜੀ ਸਾਡਾ ਆਂਸਰ ਹੈ।
ਭਾਸ਼ਣ ਦੇਣ ਦੀ ਕਲਾ ਹੈ, ਸੰਚਾਰ ਮਾਧਿਅਮ ਹੈ, ਵਿਆਕਰਨਿਕ ਨਿਯਮਾਂ ਦਾ ਸਮੂਹ ਹੈ ਜਾਂ ਨਕਲ ਹੈ। ਭਾਸ਼ਾ ਹੈ ਜੋ ਸੰਚਾਰ ਮਾਧਿਅਮ ਹੈ, ਆੜਾ ਸਾਡਾ ਅੰਤਰ ਆਏਗਾ। ਅਗਲਾ ਪ੍ਰਸ਼ਨ ਹੈ, ਪੰਜਾਬੀ ਵਿੱਚ ਸਧਾਰਨ ਵਾਕ ਦੀ ਤਰਤੀਬ ਕਿਹੜੀ ਹੁੰਦੀ ਹੈ ਉਹ ਦੱਸਣੀ ਹੈ, ਜਿਵੇਂ ਕਿ ਕਰਤਾ ਕਰਮ ਕਿਰਿਆ ਜਾਂ ਕਿਰਿਆ ਕਰਤਾ ਕਰਮ ਜਾਂ ਈੜੀ ਹੈ ਕਰਤਾ ਕਿਰਿਆ ਕਰਮ ਜਾਂ ਸੱਸਾ ਕਰਮ ਕਰਤਾ ਕਿਰਿਆ। ਪੰਜਾਬੀ ਵਿੱਚ ਸਧਾਰਨ ਵਾਕ ਦੀ ਤਰਤੀਬ ਹੁੰਦੀ ਹੈ ਜੋ ਪਹਿਲਾਂ ਕਰਤਾ ਹੁੰਦਾ ਹੈ, ਫਿਰ ਕਰਮ ਹੁੰਦਾ ਹੈ ਅਤੇ ਬਾਅਦ ਵਿੱਚ ਕਿਰਿਆ ਹੁੰਦੀ ਹੈ। ਕੂੜਾ ਸਾਡਾ ਆਂਸਰ ਆਏਗਾ। ਸਤਲੁਜ ਸ਼ਬਦ ਹੈ ਆਮ ਨਾਮ, ਖਾਸ ਨਾਮ, ਭਾਵਵਾਚਕ ਨਾਮ ਜਾਂ ਇਕੱਠਵਾਚਕ ਨਾਮ। ਸਤਲੁਜ ਹੈ ਜੀ ਖਾਸ ਨਾਮ, ਕਿਉਂਕਿ ਇਹ ਦਰਿਆ ਦਾ ਨਾਮ ਹੈ। ਆੜਾ ਸਾਡਾ ਆਂਸਰ ਹੈ। ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ, ਪੰਜ, ਸੱਤ, ਛੇ ਜਾਂ ਅੱਠ। ਕਿਰਿਆ ਵਿਸ਼ੇਸ਼ਣ ਦੀ ਕਿਸਮਾਂ ਜੋ ਅੱਠ ਨੇ, ਸੱਸਾ ਸਾਡਾ ਆਂਸਰ ਹੈ। ਬਣਤਰ ਅਨੁਸਾਰ ਵਾਕ ਦੀਆਂ ਕਿਸਮਾਂ ਹਨ ਤਿੰਨ, ਪੰਜ, ਦੋ ਜਾਂ ਚਾਰ। ਤਾਂ ਇਹ ਨੇ ਜੀ ਤਿੰਨ। ਭੂਤਕਾਲ ਦੀ ਉਦਾਹਰਣ ਹੈ ਕੂੜਾ ਸੀ, ਆੜਾ ਹੈ, ਈੜੀ ਹੋਵੇਗਾ ਜਾਂ ਸੱਸਾ ਚੁੱਕੇ ਹਾਂ। ਭੂਤਕਾਲ ਦੀ ਉਦਾਹਰਣ ਹੈ ਸੀ, ਕੂੜਾ ਸਾਡਾ ਆਂਸਰ ਆਏਗਾ। ਸੋ ਦੋਸਤੋ, ਇਹ ਪੰਜਾਬੀ ਵਿਆਕਰਨ ਦੇ ਪਹਿਲੇ ਪਾਠ ਦੇ 20 ਪ੍ਰਸ਼ਨ ਸੀ। ਵੀਡੀਓ ਵਧੀਆ ਲੱਗੇ ਲਾਈਕ ਅਤੇ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਧੰਨਵਾਦ ਜੀ।